ਇਹਨਾਂ ਲੈਣਾ ਹੈ ਨਜ਼ਾਰਾ ਇਸ ਮੈਚ ਦਾ, ਬਹਿ ਜਾਓ ਲੋਕੋ ਲਾਈਨ ਛੱਡ ਕੇ। ਲਾ ਮੈਚ ਦੀ ਸ਼ੁਰੂਆਤ ਹੋ ਚੁੱਕੀ ਹੈ, ਜੈਕਾਰੇ ਦੇ ਨਾਲ ਸ਼ੁਰੂਆਤ ਕਰਦੇ ਹੈ। ਬੋਲੇ ਸੋਨਿਹਾਲ, ਸ੍ਰੀ ਅਕਾਲ। ਪਹਿਲੀ ਰੇਡ ਸਿਰੇ ਦੀ ਖੇਡ ਤੇ ਪਹਿਲਾ ਡੇਢ ਹੁਸ਼ਿਆਰਪੁਰੀਆ ਜੋੜੇਗਾ ਜਾਂ ਅੰਮ੍ਰਿਤਸਰੀਆ ਜੋੜੇਗਾ? ਪਹਿਲਾ ਡੇਢ ਪੁਆਇੰਟ ਅੰਮ੍ਰਿਤਸਰੀਆ ਮੁੰਡਾ ਜੋੜਨ ਵਿੱਚ ਕਾਮਯਾਬ ਹੋ ਗਿਆ ਹੈ ਆਪਣੀ ਟੀਮ ਦੇ ਲਈ। ਜਥੇਦਾਰ ਹੋਵੇਗਾ, ਹਰ ਜਫਾ 1000 ਦਾ ਹੋਵੇਗਾ ਮੇਰੇ ਮਿੱਤਰੋ। ਸੱਤ ਬਲ ਕੱਕੜ ਇਸ ਸਮੇਂ ਕਬੱਡੀ ਪਾਉਣ ਦੇ ਲਈ ਬੰਦ ਆਇਆ ਖੇਡ ਮੈਦਾਨ ਦੇ ਵਿੱਚ ਮੇਰੇ ਮਿੱਤਰੋ। ਚਾਰ ਜਾਫੀ ਬਿਲਕੁਲ ਤਿਆਰ ਤੁਰ ਤਿਆਰ ਨੇ। ਆਓ ਦੇਖਾਂਗੇ ਉਧਰਲੇ ਪਾਸੇ ਕੌਣ ਡੁੱਬੂ। ਲਓ ਗੰਡੀ ਵਿਲੀਆ ਫਿਰ ਕਰਦਾ ਹੋਇਆ ਟਰਾਈ ਦੇ ਪੁਆਇੰਟ, ਧਾਵੀ ਦੇ ਖਾਤੇ ਵਿੱਚ ਜੁੜਦਾ ਹੋਇਆ। ਸੋਹਣਾ ਮੈਚ ਖੇਡਿਆ ਜਾ ਰਿਹਾ ਖੇਡ ਮੈਦਾਨ ਦੇ ਵਿੱਚ। ਜਾਵੇ ਕੁੱਲੀ ਨੀ ਫਕੀਰ ਦੀ ਵਿੱਚੋਂ ਅੱਲਾਹੂ ਦਾ ਆਵਾਜ਼ਾ ਆਵੇ, ਕੁੱਲੀ ਨੀ ਫਕੀਰ ਦੀ ਵਿੱਚੋਂ ਸਾਡੇ ਲਈ ਰੱਬ ਨੇ ਸ਼੍ਰੀ ਮਾਨ ਸੰਤ ਮਹਾਂਪੁਰਸ਼ ਬਾਬਾ ਮੰਗਲ ਸਿੰਘ ਜੀ ਗੁਰਦੁਆਰਾ ਝਾੜ ਸਾਹਿਬ ਵਾਲੇ ਬੈਠੇ ਹੋਏ ਨੇ, ਆਪਣੇ ਪੁੱਤਰਾਂ ਦੀ ਖੇਡ ਦਾ ਆਨੰਦ ਮਾਰ ਰਹੇ ਹੈ। ਫਰੰਦੀ ਪੁਰੀਆ ਹੋ ਤਕੜਾ, ਦਰਸ਼ਕ ਚਾਹੁੰਦੇ ਹੈ। ਆਹ ਦਰਸ਼ਕ ਚਾਹੁੰਦੇ ਆ ਬਾਪੂ ਸਰਦੂਲ ਸਿੰਘ ਮੱਲੀ ਦਾ ਪੁੱਤਰ ਜਦੋਂ ਲੱਗਦਾ ਹੈ ਉਦੋਂ ਨਜ਼ਾਰਾ ਜਿਹਾ ਵੱਖਰਾ ਚੜ੍ਹਦਾ ਹੈ, ਉਦੋਂ ਸਰੂਰ ਜਿਹਾ ਚੜ੍ਹਦਾ ਹੈ। ਇਧਰਲੀ ਸਾਈਡ ਗਿੱਲ ਸਾਹਿਬ ਨੰਬਰ ਰੇਡਰ ਦਾ ਪੁਆਇੰਟ ਜਿਹੜਾ ਨਾਯਣ ਕੱਕੜਾਂ ਵਾਲਾ ਜੋੜ ਗਿਆ। ਮਹਿਕ ਦੀ ਕਬੱਡੀ ਵੱਲੋਂ ਪੰਜਾਬ ਸੰਧੂ ਨਹੀਂ ਰਹਿੰਦੇ, ਉਹਨਾਂ ਵੱਲੋਂ ਵੱਡਾ ਮਾਣ ਤਾਣ ਦਿੱਤਾ ਜਾ ਰਿਹਾ। ਨਾ ਸਤਪਾਲ ਦੀ ਕਬੱਡੀ ਬੋਲ ਰਾਜ ਭਾਜੀ ਹੋਇਆ, ਆਓ ਸਾਹਮਣੇ ਸਤਪਾਲ ਕੱਕੜ ਵੈਸੇ ਮੈਂ ਕਬੱਡੀ ਪਾਉਣ ਦੇ ਲਈ ਬੰਦ ਆਇਆ ਖੇਡ ਮੈਦਾਨ ਦੇ ਵਿੱਚ। ਮੈਂ ਜੋ ਚੋਟੀ ਦਾ ਐਨ ਸਿਰੇ ਦਾ ਖੇਡਿਆ ਜਾ ਰਿਹਾ ਖੇਡ ਮੈਦਾਨ ਦੇ ਵਿੱਚ ਮੇਰੇ ਵੀਰੋ। ਲਓ ਦੇਖਦੇ ਉਧਰ ਚਾਰ ਜਾਫਿਆਂ ਦੇ ਵਿੱਚੋਂ ਕੌਣ ਡੱਕੂ ਤੇ ਕੌਣ ਰੱਖੂ। ਲਓ ਫਿਰ ਦੇਖਦੇ ਉਧਰਲੇ ਪਾਸੇ, ਲਓ ਸੰਦੀਪ ਬਤਾਲੇ ਦਾ ਫੈਸਲਾ ਹੈ ਵੀ ਪੁਆਇੰਟ ਜਿਹੜਾ ਬਾਬਾ ਆਤਮਾ ਸਿੰਘ ਜੀ ਕਬੱਡੀ ਕਲੱਬ ਘਰਿਆਲੇ ਦੀ ਟੀਮ ਦੇ ਖਾਤੇ ਵਿੱਚ ਜੋੜਦਾ ਹੈ। ਮੈਚ ਖੇਡਿਆ ਜਾ ਰਿਹਾ, ਪਹਿਲਾਂ ਹਰ ਜੱਫਾ ਗੋਪੀ ਦਾ ਹੋਣਾ ਮੇਰੇ ਵੀਰੋ। ਲਓ ਦੇਖਦੇ ਸੱਤ ਬਲ ਕੱਕੜ ਫਿਰ ਕਬੱਡੀ ਪਾਉਣ ਦੇ ਲਈ ਵੱਧ ਆਇਆ ਖੇਡ ਮੈਦਾਨ ਦੇ ਵਿੱਚ। ਚਾਰ ਜਾਫੀ ਬਿਲਕੁਲ ਤਿਆਰ ਪੁਰ ਤਿਆਰ ਨੇ ਮੇਰੇ ਵੀਰੋ, ਕਿ ਪੀਲੇ ਪੈਕਟਾਂ ਵਾਲਾ ਦੁੱਧ ਪੀ ਕੇ ਨਾ ਕਬੱਡੀ ਖੇਡ ਹੁੰਦੀ, ਪੈਰ ਲੈਣ ਤੇ ਆ ਜਾਂਦਾ ਜਦ ਗੱਭਰੂ ਦੀ ਰੇਡ ਹੁੰਦੀ, ਵਿੱਚ ਪਿੜਾਂ ਦੇ ਪੈਣ ਪੜਾਕੇ ਕੰਨ ਗੂੰਜਦੇ ਥਪੜਿਆਂ ਨਾਲ, ਕੈਰਮ ਬੋਰਡ ਖੇਡਦੇ ਯੰਕੇ ਮਰਦ ਖੇਡਦਾ ਖਤਰਿਆਂ ਨਾਲ। ਇਹ ਮਰਦਾਂ ਦੀ ਖੇਡ ਹੈ। ਜਥੇਦਾਰ ਬਾਬਾ ਗੁਰਜੰਟ ਸਿੰਘ ਜੀ ਸਰਬੱਤ ਦੇ ਭਲੇ ਦੇ ਲਈ।